ਮਾਈਨਿੰਗ ਦਾ ਕੰਮ ਕਰ ਰਹੇ, ਹੋਰ ਆਰੋਪ ਲੱਗ ਰਹੇ ਨੇ, ਅਤੇ ਉਹਦੇ ਬਾਰੇ ਸਰ ਤੁਹਾਡਾ ਕੀ ਕਹਿਣਾ? ਦੇਖੋ, ਸੁਖਬੀਰ ਬਾਦਲ ਉਹਨਾਂ ਨੂੰ ਪੰਜਾਬ ਦੀ ਜਨਤਾ ਨੇ ਵਿਹਲਿਆ ਕੀਤਾ ਹੋਇਆ, ਹੁਣ ਉਹਨਾਂ ਕੋਲ ਹੋਰ ਕੋਈ ਕੰਮ ਤਾਂ ਹੈ ਨਹੀਂ, ਰੋਜ਼ ਹੀ ਤੁਰੇ ਫਿਰਦੇ ਆ, ਕਦੇ ਕਿਤੇ ਚਲੇ ਜਾਂਦੇ ਆ, ਕਦੇ ਕਿਤੇ ਚਲੇ ਜਾਂਦੇ ਆ। ਮਾਈਨਿੰਗ ਦਾ ਜਾਂ ਹੋਰ ਜਿਹੜਾ ਹੈਗਾ, ਛੱਜ ਤਾਂ ਬੋਲੇ ਛਾਲਣੀ ਵੀ ਬੋਲੇ, ਉਹਨਾਂ ਦੀ ਸਰਕਾਰ ਦੇ ਵਿੱਚ ਕਿੱਥੇ ਸੀ ਜਿਹੜਾ, ਕਿਹੜੇ ਉਹਨਾਂ ਦੇ ਐੱਮ ਐੱਲ ਏ 'ਚ ਵਜ਼ੀਰ ਕਿਹੜੇ ਸੀ ਜਿਨ੍ਹਾਂ ਨੇ ਨਹੀਂ ਕਰਿਆ? ਜਿੱਥੇ ਤੱਕ ਪਟਿਆਲੇ ਦਾ ਸਵਾਲ ਆ, ਪਟਿਆਲੇ ਦੇ ਵਿੱਚ ਕੋਈ ਐੱਮ ਐੱਲ ਏ, ਕੋਈ ਵੀ ਕਾਂਗਰਸ ਦਾ ਵਰਕਰ ਅਤੇ ਮਾਈਨਿੰਗ ਦੇ ਮਾਮਲੇ ਦੇ ਵਿੱਚ ਬਿਲਕੁਲ ਇਨਵੋਲਵ ਨਹੀਂ। ਮੈਂ ਵੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਹਾਂ, ਬਿਲਕੁਲ ਵੀ ਨਹੀਂ ਹੈ। ਇਹ ਸਿਰਫ ਮਤਲਬ ਕਿ ਰਾਜਨੀਤਿਕ ਡਰਾਮੇਬਾਜ਼ੀ ਹੈ ਜਿਹੜੀ ਇਹ ਕਰਨ 'ਤੇ ਲੱਗੇ ਹੋਏ ਆ, ਲੋਕ ਬਿਲਕੁਲ ਇਹਨਾਂ ਦੀ ਗੱਲ ਦੀ ਪਰਵਾਹ ਨਹੀਂ ਕਰਦੇ। ਤਾਂ ਅਸੀਂ ਬਿਲਕੁਲ ਸਾਫ਼ ਸੁਥਰੀ ਜਿਹੜੀ ਸਰਕਾਰ ਆ ਉਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਚਲਾ ਰਹੇ ਆ, ਜੋ ਉਹਨਾਂ ਦੀ ਗਾਈਡਲਾਈਨਜ਼ ਹੈਗੀਆਂ ਉਹਦੇ ਮੁਤਾਬਕ ਹੀ ਅਸੀਂ ਸਾਰੇ ਇਲਾਕਿਆਂ ਵਿੱਚ ਵਿਕਾਸ ਦੇ ਕੰਮ ਨੂੰ ਅਸੀਂ ਪਹਿਲ ਦੇ ਰਹੇ ਹਾਂ, ਅਤੇ ਵਿਕਾਸ ਅਸੀਂ ਇਲਾਕਿਆਂ ਦੇ ਵਿੱਚ ਆਪਣੇ ਕਰਾ ਕੇ ਦਿਖਾਉਂਦੇ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਤੁਸੀਂ ਇਹ ਕਾਰਡਿਕ ਮੋਨੀਟਰ ਨੂੰ ਆਪਰੇਟ ਕਰਨ ਬਾਰੇ ਕਿਵੇਂ ਜਾਣਦੇ ਹੋ? ਮੈਂ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਤੋਂ OT ਦਾ ਡਿਪਲੋਮਾ ਕਰ ਰਹੀ ਹਾਂ। ਟ੍ਰੇਨਿੰਗ ਤੋਂ ਬਾਅਦ ਇਸੇ ਹਸਪੀਟਲ ਵਿੱਚ ਤੁਹਾਡੀ ਜੋਬ ਪੱਕੀ। ਸੱਚ? ਯੈਸ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਪਟਿਆਲਾ।